ਹਾਲਾਂਕਿ ਮੈਨੂੰ ਆਪਾਂ ਇੱਥੇ ਗੱਲ ਵੀ ਕਰਦੇ ਰਹੇ ਹਾਂ ਤੇ ਕੋਈ ਕੁਝ ਨਹੀਂ ਇਹਦੇ ਵਿੱਚ ਜਿਹੜਾ ਧਰਮ ਹੈ ਤੁਹਾਡੇ ਬਾਣੇ ਸ਼ਰੀਰਕ ਬਣਤਰ ਦੇ ਵਿੱਚ ਨਹੀਂ ਹੈਗਾ ਪਰ ਉਹ ਗੱਲਾਂ ਕਿਹੜੀਆਂ ਬੜੀਆਂ ਸੌਖੀਆਂ ਸੀ ਉੱਦਣ ਝਟਕ ਲ ਗਿਆ ਉੱਦਣ ਜਿਹੜੀ ਜਦੋਂ ਅਸੀਂ ਭਾਈ ਤਾਰੂ ਸਿੰਘ ਦੀ ਜਾਂ ਉਹਨਾਂ ਦੀ ਗੱਲ ਕਰਦੇ ਵੀ ਕੀ ਗੱਲ ਕੀ ਹੋਈ ਯਾਰ ਇਦਾਂ ਕਿਉਂ ਨਹੀਂ ਕਿਉਂ ਨਹੀਂ ਤੁਰ ਪਿਆ ਉਸ ਪਾਸੇ ਨੂੰ ਸਦਾ ਦਮ ਉਹ ਜਿਹੜਾ ਅਕਸਰ ਸਾਡੇ ਅੰਦਰ ਸਵਾਲ ਇਦਾਂ ਦੇ ਹੁੰਦੇ ਨੇ ਨਾਲ ਸੌਖਾ ਲੱਗਦਾ ਬੰਦਾ ਕਿੰਨਾ ਛੱਡੂ ਯਾਰ ਸਾਡੇ ਕੋਲ ਲੌਜਿਕ ਵੀ ਆ ਇਹ ਜਥੇਦਾਰਿਆ ਤੁम्मे ਹੁਣੀਆ ਕਿੰਨੇ ਬੰਦੇ ਆ ਜਿਹੜੇ ਸਾਡੇ ਪੰਜ ਪਿਆਰੇ ਆ ਦਾੜ੍ਹੀ ਕੇਸ ਸਾਰਾ ਕੁਝ ਲੈ ਕੇ ਇੱਕ ਕਾਰਪਾਥੇ ਬੈਠੇ ਆ ਕੀ ਕੀਤੇ ਨੇ ਝਲਵੇਂ ਬੰਦੇ ਜ਼ੁਲਮ ਕਰਦੇ ਆ ਭਾਈ ਤਰੁਪ ਸਿੰਘ ਜੀ ਦਾ ਜ਼ਿਕਰ ਕੀਤਾ ਕਿ ਹੁਣ ਮਹਿਸੂਸ ਹੋਇਆ ਯਾਰ ਭਾਈ ਤਰੁਪ ਸਿੰਘ ਉਧਰ ਨੂੰ ਕਿਉਂ ਨਹੀਂ ਤੁਰ ਪਏ ਉਹਨਾਂ ਦੇ ਕੋਲ ਤੇ ਆਪਸ਼ਨ ਸੀਗੀ ਉਹਨਾਂ ਨੂੰ ਵੀ ਕਿਹਾ ਗਿਆ ਸੀ ਕਿ ਕੇਸ ਕਤਲ ਕਰਵਾਲਾ اسلام قبول ਕਰ ਲਾ ਕਲਮਾ ਪੜ ਲਾ ਤੇ ਕੋਈ ਗੱਲ ਨਹੀਂ ਜਾਨ ਬਖਸ਼ੀ ਕਰ ਦਿੰਦੇ ਆ ਬਲਕਿ ਤੈਨੂੰ ਇਨਾਮ ਦਿੰਦੇ ਤੇ ਭਾਈ ਤਰਨ ਸਿੰਘ ਕਿਉਂ ਨਹੀਂ ਖੜੇ ਕਿਉਂ ਨਾ ਕਿਹਾ ਵੀ ਯਰ ਭਾਵੇਂ ਖੋਪਰ ਲਾ ਦਿਓ ਤੁਸੀਂ ਜੋ ਮਰਜ਼ੀ ਕਰ ਦਿਓ ਪਰ ਨਹੀਂ ਫਿਰਨੀ ਸਿੱਖੀ ਕਹਿੰਦਾ ਅੱਜ ਮਹਿਸੂਸ ਹੋਇਆ ਕਿ ਚੰਗੀ ਗੱਲ ਹੈ ਮਹਿਸੂਸ ਹੋ ਗਿਆ ਉਹੀ ਹਰਨੇਕ ਸਿੰਘ ਹੈ ਜਿਹੜਾ ਉੱਥੇ ਗੱਲਾਂ ਕਰਦਾ ਹੁੰਦਾ ਸੀਗਾ ਕਿ ਇਹ ਜੀ ਭਾਈ ਤਰੂ ਸਿੰਘ ਵਾਲੀਆਂ ਤੈਨੂੰ ਸ਼ਾਇਦ ਚਲੋ ਮੈਂ ਲੰਮੀ ਡਿਸਕਸ਼ਨ ਦੇ ਵਿੱਚ ਨਾ ਪਾਵਾਂ ਤੈਨੂੰ ਯਾਦ ਹੋਵੇ ਤੂੰ ਤੇ ਦਵਿੰਦਰਜੀਤ ਸਿੰਘ ਜਰਮਨੀ ਵਾਲਾ ਗੱਲਬਾਤ ਕੀਤੀ ਸੀ ਤੁਸੀਂ ਭਾਈ ਤਰਵ ਸਿੰਘ ਜੀ ਬਾਰੇ ਕੇਸਾਂ ਬਾਰੇ ਤੇ ਤੁਸੀਂ ਕਹਿਆ ਸੀ ਕੇਸਾਂ ਦੇ ਬਾਰੇ ਜੀ ਕੇਸ ਕਹਿੰਦੇ ਜੀ ਗੁਰੂ ਸਾਹਿਬ ਨੇ ਜੇ ਤੇ ਜੇ ਵੋਆ ਕਹਿੰਦਾ ਸਿਰਫ ਇੱਕ ਸ਼ਬਦ ਹੈ ਕੇਸਾਂ ਬਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪੜ੍ਹ ਕੇ ਸੁਣਾਉਂਦੇ ਆ ਸਾਬਤ ਸੂਰਤ ਦਸਤਾਰ ਸਿਰਾਂ ਕਹਿੰਦਾ ਉਹ ਵੀ ਕੇਸਾਂ ਬਾਰੇ ਗੁਰੂ ਸਾਹਿਬ ਨੇ ਸਿੱਖਾਂ ਨੂੰ ਨਹੀਂ ਕਿਹਾ ਉਹ ਵੀ ਮੁਸਲਮਾਨਾਂ ਦਾ ਆ ਉਦੋਂ ਤੁਸੀਂ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਨਾ ਇਤਿਹਾਸ ਦੇ ਵਿੱਚੋਂ ਨਾ ਗੁਰਬਾਣੀ ਦੇ ਵਿੱਚੋਂ ਸਿੱਖੀ ਦਾ ਕੇਸਾਂ ਨਾਲ ਕੋਈ ਸੰਬੰਧ ਲੱਭਦਾ ਹੈ ਉਹ ਇੱਕ ਕਾਫੀ ਲੰਮੀ ਡਿਸਕਸ਼ਨ ਇਹ ਤੁਹਾਨੂੰ ਯਾਦ ਹੋਣਾ ਕਿੰਨੇ ਜੇ ਕੋਈ ਨਾ ਯਾਦ ਹੋਇਆ ਤੇ ਮੈਨੂੰ ਮੈਸੇਜ ਕਰ ਦਿਓ ਮੈਂ ਤਰੀਕ ਤੇ ਟਾਈਮ ਤੁਹਾਨੂੰ ਦੱਸ ਦਿਆਂਗਾ ਤੁਹਾਡੇ ਕਿਹੜੇ ਪ੍ਰੋਗਰਾਮ ਦੇ ਵਿੱਚ ਕਿੱਥੇ ਕੋ ਡਿਸਕਸ਼ਨ ਹੋਈ ਹੈ ਕਿ ਇੱਕ ਜੀ ਤੋਂ ਕਿਹਾ ਸਿਰਫ ਸਾਫ਼ ਤੇ ਸੂਰਤ ਦਸਤਾਰ ਸਿਰਾ ਜਾਂ ਭਾਈ ਤਾਰੂ ਸਿੰਘ ਵਾਲੀ ਗੱਲ ਕੀਤੀ ਸੀ ਕਿ ਕੇਸਾਂ ਦੇ ਵਿੱਚ ਸਿੱਖੀ ਹੈ ਤੇ ਉਹ ਕਹਿੰਦਾ ਦਵਿੰਦਰਜੀਤ ਸਿੰਘ ਕਹਿੰਦਾ ਸੀ ਕਿ ਜਦੋਂ ਫਿਰ ਸਿੱਖੀ ਜਦੋਂ ਕੀਸ ਲਾ ਦੇ ਤੀ ਖੋਪਰ ਲਾ ਦਿੱਤਾ ਫਿਰ ਸਿੱਖੀ ਕਿੱਥੇ ਰਹੀ ਇਹ ਸਾਨੂੰ ਹੀ ਪਤਾ ਹੈ ਕਿ ਸਿੱਖੀ ਸਿੱਖ ਦੇ ਕੌਂ ਦੇ ਵਿੱਚ ਐਲੂ ਦੇ ਵਿੱਚ ਰਗ ਰਤ ਰਤ ਦੇ ਵਿੱਚ ਰਤੀ ਰਤੀ ਦੇ ਵਿੱਚ ਸਮਾਈ ਹੋਈ ਹੈ ਜੇ ਕੋ ਧੱਕੇ ਨਾ ਕੀਏ ਸੇ ਕਤਲ ਕਰ ਵੀ ਦੇਵੇ ਤੇ ਸਿੱਖੀ ਨਹੀਂ ਜਾਂਦੀ ਕਿਤੇ ਪਰ ਫਿਰ ਵੀ ਕੇਸਾਂ ਦੀ ਕੀ ਐਮੇਤਿਆ ਚਲੋ ਸ਼ੁਕਰ ਹੈ ਤੈਨੂੰ ਪਤਾ ਲੱਗਿਆ ਗੱਲਾਂ ਤੇ ਬੜੀਆਂ ਸਿੱਧੀਆਂ ਜੀਆਂ ਸੀ ਜਾਣ ਬੁੱਝ ਕੇ ਤੁਸੀਂ ਉਹਨਾਂ ਨੂੰ ਮੈਨਿਪੂਲੇਟ ਕਰ ਕਰਕੇ ਹਨ ਇਹੋ ਜੀਆਂ ਘਟੀਆਂ ਦਕੀਆਂ ਨੂੰ ਸਿੱਧਰੀਲਾਂ ਦੇ ਦੇ ਕੇ ਕਿ ਜੇ ਕਹਿੰਨੇ ਵੀ ਕੇਸਾਂ ਦੇ ਵਿੱਚ ਸਿੱਖੀ ਹੈ ਤੇ ਭਾਈ ਤਾਰੂ ਸਿੰਘ ਉਹਨਾਂ ਦੇ ਦੇ ਕੀ ਐਸ ਕੋਪਰ ਲਾਤ ਅਸੀਂ ਸਿੱਖੀ ਕਿੱਥੇ ਰਹੀ ਕਸ ਸਿੱਖ ਜਾਂਦਾ ਹੈ ਬੱਚਾ ਬੱਚਾ ਜਾਂਦਾ ਹੈ ਸਿੱਖੀ ਸਿੱਖ ਦੇ ਵਿੱਚ ਕਿੱਥੇ ਆ ਤੇ ਕੇਸਾਂ ਦੀ ਕੀ ਅਹਿਮੀਅਤ ਹੈ ਕੋਈ ਬੰਦਾ ਕੈਦ ਕਰਕੇ ਬਾਹਾਂ ਬੰਨ ਕੇ ਕਿਸੇ ਦੇ ਕੇਸ ਕਤਲ ਕਰ ਦਿੰਦਾ ਆ ਉਹਦੇ ਨਾਲ ਸਿੱਖੀ ਨਹੀਂ ਜਾਂਦੀ ਅੰਦਰੋਂ ਪਰ ਜੇ ਹਰਨੇਕ ਦੇ ਰੇਡੀਓ ਵਿਰਸਾ ਤੋਂ ਦਕੀਆਂ ਨੂੰ ਉਸੇ ਦਰੀਲਾਂ ਸੁਣ ਕੇ ਕੋਈ ਬੰਦਾ ਜੇਬ ਵਿੱਚ ਪੈਸੇ ਪਾ ਕੇ ਨਾਈ ਦੀ ਦੁਕਾਨ ਤੇ ਕੁਰਸੀ ਤੇ ਜਾ ਕੇ ਬਹਿ ਜਾਂਦਾ ਆ ਤੇ ਫਿਰ ਕੇਸ ਕਤਲ ਹੋਣ ਦੇ ਨਾਲ ਸਿੱਖੀ ਜਿਹੜੀ ਉਹ ਛੁੱਟ ਜਾਂਦੀ ਹੈ ਫਰਕ ਹੈ ਦੋਵਾਂ ਦੇ ਵਿੱਚ ਇਹ ਫਰਕ ਤੂੰ ਹੀ ਜਾਣਦਾ ਹੈ ਇੰਨੇ ਕ ਕਾਮਨ ਸੈਂਸ ਤੈਨੂੰ ਵੀ ਹੈਗੀ ਹੈ ਤੇ ਜਿਹੜਾ ਬੰਦਾ ਤੇਰੇ ਨਾਲ ਗੱਲ ਕਰਦਾ ਉਸ ਨੂੰ ਮੈਂ ਕਹਿ ਨਹੀਂ ਸਕਦਾ ਪਰ ਤੂੰ ਜਾਣਦਾ ਚੰਗੀ ਤਰ੍ਹਾਂ ਤੁਸੀਂ ਜਾਣ ਬੁੱਝ ਕੇ ਇਹੋ ਜੀਆਂ ਘਟੀਆਂ ਦਲੀਲਾਂ ਦੇ ਦੇ ਕੇ ਨੌਜਵਾਨਾਂ ਦਾ ਕਿਸਾਂ ਪ੍ਰਤੀ ਜਿਹੜਾ ਮਾਣ ਪਿਆਰ ਸਤਿਕਾਰ ਸੀ ਉਹਨੂੰ ਤੁਸੀਂ ਘਟਾਇਆ ਤੇ ਕਿੰਨੇ ਬੰਦਿਆਂ ਨੇ ਤੁਹਾਡੇ ਪਿੱਛੇ ਲੱਗ ਕੇ ਕੇਸ ਕਰਵਾਏ ਪਰ ਜਦੋਂ ਆਪਣਾ ਹੀ ਜੇਰਾ ਆਪਣੀ ਸ਼ਕਲ ਕੇਸਾਂ ਤੋਂ ਬਿਨਾਂ ਵੀ ਅਖੀ ਤੇ ਇਹ ਵੀ ਪਤਾ ਲੱਗ ਗਿਆ ਕਿ ਉਹ ਕੇਸ ਸਿੱਖੀ ਦਾ ਹਿੱਸਾ ਨਹੀਂ ਇਹ ਵੀ ਪਤਾ ਲੱਗ ਗਿਆ ਕਿ ਇਹਨਾਂ ਕੇਸਾਂ ਕਰਕੇ ਮੇਰਾ ਗੁਰੂ ਨਾਲ ਪਿਆਰ ਆ ਇਹ ਵੀ ਹੋ ਗਿਆ ਕਿ ਮੈਨੂੰ ਝਟਕਾ ਲੱਗਿਆ ਪਰ ਇਹ ਝਟਕਾ ਮੈਂ ਚਾਹਨਾ ਕਿ ਬਰਕਰਾਰ ਰਹੇ ਤੇ ਹਰਨੇਕਸਿਆਂ ਆਪਣੀ ਜਿਹੜੀ ਹੈਸੀਅਤ ਹੈ ਹੁਣ ਇਹਨੂੰ